ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਦੇ ਵਿੱਚ ਤਰਨ ਤਾਰਨ ਪੁਲਿਸ ਨੂੰ ਭਾਰੀ ਕਾਮਯਾਬੀ ਹਾਸਲ ਹੋਈ ਹੈ। ਪੰਜਾਬ ਦਾ ਨੰਬਰ 1 ਹੈਰੋਇਨ ਤਸਕਰ ਨਾਮ ਅਮਨਦੀਪ ਸਿੰਘ ਜੋ ਕਿ ਪਿੰਡ ਠੱਠੇ ਦਾ ਮੌਜੂਦਾ ਸਰਪੰਚ ਹੈ, ਉਸ ਨੂੰ ਕਾਬੂ ਕੀਤਾ ਗਿਆ ਜਿਸ ਦੇ ਉੱਪਰ ਕਈ ਮਾਮਲੇ ਦਰਜ ਨੇ। ਪੰਜਾਬ ਦੇ ਵਿੱਚ ਹੈਰੋਇਨ ਦਾ ਕਾਫੀ ਵੱਡਾ ਸਮਗਲਰ ਇਸ ਨੂੰ ਮੰਨਿਆ ਜਾ ਰਿਹਾ। ਇਸ ਦੇ ਪਾਸੋਂ 4 ਕਿਲੋ ਹੈਰੋਇਨ, 1 ਪਿਸਟਲ, ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਬਾਰੀਕੀ ਦੇ ਨਾਲ ਇਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਹੈਗਾ, ਸਰਪੰਚ ਹੈਗਾ ਠੱਠੇ ਦਾ, ਥਾਣਾ ਹਰੀਕੇ ਦਾ ਪੈਂਦਾ, ਸਮਗਲਰ ਹੈ ਏ ਕੈਟਾਗਰੀ ਦਾ, ਪੰਜਾਬ ਦਾ ਇੰਟਰਨੈਸ਼ਨਲ ਲੈਵਲ ਤੱਕ ਦੇ ਲਿੰਕ ਨੇ। ਇਹ 34 ਕਿਲੋ ਦੇ ਵਿੱਚ DRI ਦਾ PO ਹੈ, 21 ਕਿਲੋ ਦੇ ਵਿੱਚ ਮਲੋਟ ਦਾ PO ਹੈ, 6 ਕਿਲੋ ਦੇ ਵਿੱਚ ਰਾਜਸਥਾਨ ਦਾ PO ਹੈ ਅਤੇ ਹੋਰ ਵੀ ਬਹੁਤ ਮੁਕੱਦਮੇ ਦੇ ਖਿਲਾਫ ਨੇ। ਇਹਦੇ ਤੋਂ 4 ਕਿਲੋ ਹੈਰੋਇਨ, 1 ਪਿਸਟਲ, 9 MM ਇਹ ਬਰਾਮਦ ਹੋਇਆ SHO ਚੋਹਲਾ ਸਾਹਿਬ ਦੀ ਅਗਵਾਈ 'ਚ। ਪੰਜਾਬ ਪੁਲਿਸ ਦੀ ਬੜੀ ਵੱਡੀ ਸਫਲਤਾ ਹੈ। ਇਹਦੇ ਨਾਲ ਜਿਹੜਾ ਅਨੈਕਸ ਹੈ ਇਹਦਾ ਸਮਗਲਰਾਂ ਦਾ, ਇੰਟਰਨੈਸ਼ਨਲ ਸਮਗਲਰਾਂ ਦਾ, ਉਹਦੇ ਵੱਲੇ ਇਸ਼ਾਰਾ ਕਰ ਰਿਹਾ ਅਤੇ ਤਫਤੀਸ਼ ਦੌਰਾਨ ਜੋ ਹੋਰ ਅੱਗੇ ਗੱਲਾਂ ਹੋਣਗੀਆਂ ਤੁਹਾਡੇ ਨਾਲ ਫਿਰ ਸਾਂਝੇ ਕੀਤੇ ਜਾਣ। ਇਹ ਸਮਗਲਰ ਹੈ, ਪਾਰਟੀ ਨਾਲ ਇਹਦਾ ਕੀ ਸੰਬੰਧ ਹੈ? ਪੰਚ ਹੈ, ਸਰਪੰਚ ਮੋਹਾਲੀ ਤੋਂ ਅਰੈਸਟ ਕੀਤਾ, ਮੋਹਾਲੀ ਤੋਂ ਅਰੈਸਟ ਕਰਕੇ ਲੈ ਕੇ ਆਏ ਆ ਤੇ ਆ ਕੇ 27 ਐਵੀਡੈਂਸ ਇਹਦੇ ਰਿਕਵਰੀ ਕਰਾਈ ਹੈ ਤੇ ਬਾਕੀ ਜਿੰਨੀਆਂ ਵੀ ਗੱਲਾਂ ਆਉਣਗੀਆਂ ਉਹ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।